ਬਠਿੰਡਾ ਦੇ ਵਿੱਚ ਸਪਾ ਸੈਂਟਰ ਤੇ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ। ਦੱਸੀ ਕਿ ਬਠਿੰਡਾ ਦੇ ਉੱਤਰੀ ਰਾਜ ਵਿੱਚ ਚੱਲ ਰਹੇ ਸਪਾ ਸੈਂਟਰ ਦੇ ਵਿੱਚ ਪੁਲਿਸ ਨੇ ਛਾਪਾ ਮਾਰ ਕੇ ਚਾਰ ਵਿਦੇਸ਼ੀ ਕੁੜੀਆਂ ਕੁਝ ਲੜਕੀਆਂ ਨੂੰ ਹਿਰਾਸਤ ਵਿੱਚ ਲਿਆ। ਸਪਾ ਸੈਂਟਰ ਦੇ ਵਿੱਚ ਕਰੀਬ 5 ਘੰਟੇ ਤੱਕ ਚੱਲੇ ਸਰਚ ਆਪਰੇਸ਼ਨ ਤੋਂ ਬਾਅਦ ਪੁਲਿਸ ਨੇ ਵਿਦੇਸ਼ੀ ਲੜਕੀਆਂ ਅਤੇ ਲੜਕਿਆਂ ਨੂੰ ਹਿਰਾਸਤ ਵਿੱਚ ਲਿਆ। ਜਾਣਕਾਰੀ ਦਿੰਦਿਆਂ DSP ਦੀ ਨਿਗਰਾਨੀ ਹੇਠ ਦੱਸਦੀਏ ਕਿ ਰਾਤ ਨੂੰ ਹੈ ਜਿਹੜਾ ਇਹ ਛਾਪੇਮਾਰੀ ਕੀਤੀ ਗਈ। 3 ਗੱਡੀਆਂ ਦੇ ਵਿੱਚ ਆਈ ਪੁਲਿਸ ਟੀਮ ਦੇ ਵਿੱਚ ਇੱਕ ਮਹਿਲਾ ਪੁਲਿਸ ਮੁਲਾਜ਼ਮ ਵੀ ਸ਼ਾਮਲ ਸੀ। ਇਸ ਸੰਬੰਧੀ ਥਾਣਾ ਕੈਂਟ ਦੇ SHO ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਨੌਰਥ ਸਟੇਟ ਰੂਮ ਦੇ ਸੈਲੋਨ ਹੈ ਅਤੇ ਸਪਾ ਸੈਂਟਰ ਸੰਬੰਧੀ ਕਈ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਤੋਂ ਬਾਅਦ ਸਪਾ ਸੈਂਟਰ 'ਤੇ ਛਾਪਾ ਮਾਰਿਆ ਗਿਆ। ਉਹਨਾਂ ਦੱਸਿਆ ਕਿ ਸਪਾ ਸੈਂਟਰ ਦੀ ਯਾਰਡ ਦੇ ਵਿੱਚ ਵਿਦੇਸ਼ੀ ਲੜਕੀਆਂ ਨੂੰ ਅਨੈਤਿਕ ਕੰਮ ਕਰਵਾਉਣ ਦਾ ਝਾਂਸਾ ਦਿੱਤਾ ਜਾ ਰਿਹਾ। ਪੁਲਿਸ ਨੇ ਛਾਪਾ ਮਾਰ ਕੇ 4 ਵਿਦੇਸ਼ੀ ਕੁੜੀਆਂ ਅਤੇ ਕੁਝ ਲੜਕੀਆਂ ਨੂੰ ਹਿਰਾਸਤ ਵਿੱਚ ਲਿਆ। ਪੁਲਿਸ ਨੇ ਸਪਾ ਸੈਂਟਰ ਦੇ ਮਾਲਕ ਮੈਨੇਜਰ ਖਿਲਾਫ਼ ਕੇਸ ਦਰਜ ਕਰ ਲਿਆ। ਪੁਲਿਸ ਨੇ ਦੱਸਿਆ ਕਿ ਬਠਿੰਡਾ ਦੇ ਵਿੱਚ ਹੋਰ ਵੀ ਕਈ ਸਪਾ ਸੈਂਟਰ ਚੱਲ ਰਹੇ ਨੇ ਜਿਨ੍ਹਾਂ ਖਿਲਾਫ਼ ਪੁਲਿਸ ਕਾਰਵਾਈ ਕਰਨ ਲਈ ਤਿਆਰੀ ਕਰ ਰਹੀ ਹੈ। ਹਾਂਜੀ, ਆਪਾਂ ਇੱਕ ਇਮੋਰਲ ਟ੍ਰੈਫਿਕਿੰਗ ਦਾ ਪਰਚਾ ਰਜਿਸਟਰ ਕਰ ਰਹੇ ਹਾਂ ਆਪਣੇ ਜਿਹੜੇ ਓਨਰ ਹੈ ਅਤੇ ਆਪਣੇ ਜਿਹੜੇ ਇਨਥੋਂ ਮੈਨੇਜਰ ਹੈ ਉਹਨਾਂ ਦੇ ਖਿਲਾਫ਼। ਕਿੰਨੇ ਬੰਦੇ ਗ੍ਰਿਫਤਾਰ ਕੀਤੇ ਹੋਏ? ਆਪਾਂ ਜੀ ਬੇਸਿਕਲੀ ਤਾਂ ਫਿਲਹਾਲ ਇੱਕੋ ਬੰਦਾ ਗ੍ਰਿਫਤਾਰ ਕੀਤਾ, ਬਾਕੀ ਜਿਹੜੀਆਂ ਲੜਕੀਆਂ ਰਿਕਵਰ ਹੋਈਆਂ ਨੇ ਉਹ ਨੇ ਲੜਕੀਆਂ ਜੀ ਆਪਣੀਆਂ ਵਿਦੇਸ਼ੀ ਨੇ ਥਾਈਲੈਂਡ ਦੀਆਂ। ਕਿੰਨੇ ਫਿਲਹਾਲ ਤਾਂ ਅਸੀਂ ਇੱਕੋ 'ਤੇ ਰੇਡ ਕੀਤੀ ਸਾਨੂੰ ਇੱਕੋ ਪਤਾ।